ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀਓ ਮਹਾਰਾਜ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲੈ ਹੋ ਤੁਮ ਕਥਾ ਸੁਧਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲੈ ਹੋ ਤੁਮ ਕਥਾ ਸੁਧਾਰੀ ਸਾਰੀ ਸੰਗਤ ਨੂੰ ਬੇਨਤੀ ਹੈ ਗੁਰਸ਼ਬਦ ਵਿੱਚ ਸਾਰੇ ਇਕਾਗਰ ਹੋ ਕੇ ਨਾਲ ਨਾਲ ਸਾਰੇ ਪੜਿਓ ਸਾਰੇ ਜਪਿਓ ਜੀ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਨਾਲ ਨਾਲ ਜਪਿਓ ਜਿਸ ਦਾ ਸਾਹਿਬ ਡਾਂਡਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਇ ਮਾਰ ਨਾ ਸਕੈ ਕੋਇ ਜਿਸ ਦਾ ਸਾਹਿਬ ਡਾਢਾ ਹੋਇ ਤਿਸ ਨੂੰ ਮਾਰ ਨਾ ਸਕੈ ਕੋਇ ਮਾਰ ਨਾ ਸਕੈ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਇ ਮਾਰ ਨਾ ਸਕੈ ਕੋਇ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਸਾਰੀ ਸੰਗਤ ਜਿਸ ਦਾ ਸਾਹਿਬ ਮਾਰ ਨਾ ਸਕੈ ਕੋਇ ਮਾਰ ਨਾ ਸਕੈ ਸਕੈ ਕੋਇ
ਸਾਰੀ ਸੰਗਤ ਨਾਲ ਜਪੋ ਜੀ ਵਾਹਿਗੁਰੂ 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 ਸਾਰੇ ਗੱਜ ਕੇ ਭਾਈ work
सारी संगत किसका होए डर किसका होए वाहगुरु 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 जसदा साहेब डाडा तिसनु मार ना सके कोई मार ना सके कोई जसदा साहेब डाडा होए तिसनु मार ना सके कोई मार ना सके कोई जसदा साहेब डाडा होए तिसनो मार ना सके कोई साहेब की सेवक रहे शरणाई आपे बख्शे दे बड़े आई दे बड़े आई जिस दा साहिब डाडा हो तिसनो मार ना सके आओ सतसंग जी सारे करो रसना पवित्र गज बच के फतेह दा जवाब फतेह विच दो सारे गज के आखो जी वाहिगुरु जी का खालसा वाहिगुरु जी की फतेह जिन्ना कभी समा है पूरा पूरा लहा खटन दा जतन करिए समझिए कि महाराज कहिंदे की गुरु ग्रंथ साहब की बाणी की सिखाती है अपना की करना है की कर रहे हैं कितने जाना है कितने पहुँचना है टारगेट की है एम की है लाइफ का उन्होंने सुरवीर
ਮਹਾਂਪੁਰਖਾਂ ਦੀ ਕਮਾਈ ਉਹਨਾਂ ਦੀ ਯਾਦ ਵਿੱਚ ਜੁੜੇ ਬੈਠੇ ਹਾਂ। ਜਿਹੜਾ ਇਹ ਆਪਾਂ ਹਫ਼ਤਾ ਯਾਦ ਕਰਦੇ ਹਾਂ ਸ਼ਹੀਦਾਂ ਸਿੰਘਾਂ ਨੂੰ, ਸਿੰਘਣੀਆਂ ਨੂੰ, ਜਿਨ੍ਹਾਂ ਨੇ ਧਰਮ ਹਿੱਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਅਤੇ ਸਵਾਸਾ ਸੰਘ ਨਿਭਾਇਆ, ਉਹਨਾਂ ਦੀ ਕਮਾਈਆਂ ਅੱਜ ਯਾਦ ਕਰਦੇ ਹਾਂ। ਉਹਨਾਂ ਦੇ ਪਾਏ ਪੂਰਨੇ ਉਹ ਸਾਨੂੰ ਚੇਤੇ ਆਉਂਦੇ ਆ, ਮਿਲ ਕੇ ਆਪਾਂ ਯਾਦ ਕਰਦੇ ਹਾਂ ਵੀ ਕਿੱਦਾਂ ਕੀਤਾ ਹੋਣਾ। ਕਿਸੇ ਪਿਓ ਦੇ ਲਈ ਸਾਹਮਣੇ ਆਪਣੇ ਬੱਚੇ ਵਾਰ ਦੇਣਾ ਬਹੁਤ ਔਖੀ ਗੱਲ ਹੈ, ਕਹਿਣਾ ਤਾਂ ਬਹੁਤ ਸੌਖਾ ਹੁੰਦਾ, ਪਰ ਮਾਂ ਪਿਓ ਨੂੰ ਬੰਦਾ ਪੁੱਛੇ ਜਿਹਨਾਂ ਦੀ ਗੁਦੀ 'ਚ ਛੋਟੇ ਛੋਟੇ ਬੱਚੇ ਖੇਡਦੇ ਆ। ਇਹ ਹੁਣੇ ਹੀ ਨਹੀਂ ਹੈ ਤਾਂ ਸ਼ੁਰੂ ਤੋਂ ਹੁੰਦਾ ਆ ਰਿਹਾ ਸਿੱਖਾਂ ਦੇ ਨਾਲ, ਪਰ ਧਨ ਜਿਗਰੇ ਹੈ, ਧਨ ਉਹਨਾਂ ਦੀ ਕਮਾਈਆਂ, ਧਨ ਉਹਨਾਂ ਦੇ ਉਹਨਾਂ ਦੀਆਂ ਤਾਕਤਾਂ, ਉਹਨਾਂ ਦਾ ਪਿਆਰ ਗੁਰੂ ਸਾਹਿਬ ਪ੍ਰਤੀ, ਉਹ ਅਸੀਮ ਪਿਆਰ ਸੀ, ਹੱਦ ਸੀ ਪਿਆਰ ਦੀ, ਹੱਦ ਜਿਹਨੂੰ ਕਹਿੰਦੇ ਆ ਨਾ। ਅੱਜ ਕੱਲ੍ਹ ਦੇ ਜਿਹੜਾ ਆਪਾਂ ਪਿਆਰ ਕਰਦੇ ਹਾਂ ਤਾਂ ਝੂਠਾ ਪਿਆਰ ਹੈ। ਇਹ ਤੁਸੀਂ ਕਹਿ ਲਓ ਵੀ ਜਿਹੜਾ ਇਹ ਅੱਜ ਦੇ ਪਿਆਰ ਨੇ ਨਾ, ਇਹ ਦੋ ਘੜੀਆਂ ਦਾ ਹੁੰਦਾ। ਗੁਰੂ ਗ੍ਰੰਥ ਸਾਹਿਬ ਵੀ ਸੱਚੇ ਪਾਤਸ਼ਾਹ ਇਹ ਸਮਝਾਉਂਦੇ ਆ ਵੀ ਜਿੰਨਾ ਚਿਰ ਤੇਰੀ ਜੇਬ 'ਚ ਪੈਸਾ ਹੈ, ਇਹ ਲੋਕੀ ਉਹਨਾਂ ਚਿਰ ਤੇਰੇ ਨਾਲ ਨੇ। ਜਿਸ ਵਕਤ ਤੇਰੀ ਜੇਬ 'ਚੋਂ ਪੈਸਾ ਮੁੱਕਿਆ, ਤੂੰ ਉਹਨਾਂ ਨੂੰ ਕੁਛ ਦਿੱਤਾ ਨਾ, ਉਹਨਾਂ ਨੂੰ ਤੇਰੇ ਤੋਂ ਕੋਈ ਲਾਭ ਨਾ ਹੋਇਆ, ਤੇ ਉਹਨਾਂ ਨੇ ਫੱਟ ਭੱਜ ਜਾਣਾ। ਸੁੱਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਾਹੂੰ ਦਿਸ ਘੇਰੇ, ਬਿਪਤ ਪਰੀ ਸਭੀ ਸੰਗ ਛੱਡਤ, ਕਹੂ ਨਾਵਤ ਨੇੜੇ। ਕੌਣ ਆਏਗਾ ਫਿਰ ਨੇੜੇ? ਕਦੇ ਕੋਈ ਬਿਪਤਾ ਪੈ ਜਾਏ, ਕਦੇ ਕੋਈ ਮੁਸੀਬਤ ਆਣ ਪੜੇ, ਕਦੇ ਕੋਈ ਮੁਸ਼ਕਲ ਹੋ ਜਾਵੇ, ਕੌਣ ਆਉਂਦਾ ਫਿਰ ਨੇੜੇ? ਸੱਚੇ ਆਸ਼ਕ ਕਿਹਨੂੰ ਆਪਾਂ ਕਵਾਂਗੇ? ਉਹ ਗੁਰੂ ਕੇ ਲਾਡਲੇ, ਗੁਰੂ ਕੇ ਪਿਆਰੇ, ਜਿਹੜੇ ਭੁੱਖੇ ਪਾਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਰਹੇ, ਖਾਣ ਨੂੰ ਨਹੀਂ ਮਿਲਿਆ, ਸੌਣ ਨੂੰ ਨਹੀਂ ਮਿਲਿਆ, ਉਹਨਾਂ ਦੇ ਪਰਿਵਾਰਾਂ ਦਾ ਕੋਈ ਅਤਾ ਪਤਾ ਨਹੀਂ, ਉਹਨਾਂ ਨੇ ਆਪਣੀ ਜਾਨਾਂ ਵਾਰਤੀਆਂ। ਕਹਿੰਦੇ ਸੱਚੇ ਪਾਤਸ਼ਾਹ, ਆ ਸਰੀਰ, ਇਹ ਜਾਨ, ਇਹ ਸਵਾਸ, ਇਹ ਤੁਹਾਡੇ ਲੇਖੇ ਹੈ, ਤੁਹਾਡੇ ਲੇਖੇ ਹੈ। ਤੇ ਕਿਉਂ ਲੇਖੇ ਲਗਾਤੀ ਇੰਨੀ ਅਮੁੱਲਕ ਜਾਨ? ਕੁਛ ਵੀ ਕਰ ਸਕਦੇ ਸੀ, ਬਿਨਾਂ ਤਨਖਾਹਾਂ ਤੋਂ ਲੜਦੇ ਸੀ ਸਿੰਘ, ਬਿਨਾਂ ਤਨਖਾਹਾਂ ਤੋਂ। ਐਸੀ ਕਿਹੜੀ ਬਾਤ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਦਰ? ਗੁਰੂ ਗੋਬਿੰਦ ਸਿੰਘ ਮਹਾਰਾਜ ਅੰਦਰ ਇੱਕ ਵੱਖਰੀ ਵਿਚਾਰਧਾਰਾ ਸੀ, ਵੱਖਰੀ ਸੋਚ ਸੀ ਉਹਨਾਂ ਵਿੱਚ। ਦੇਖੋ ਆਪਾਂ ਕਹਿੰਦੇ ਹਾਂ ਨਾ ਵੀ ਉਹਨਾਂ ਨੇ ਦਰਸ਼ਨ ਕੀਤੇ ਤੇ ਉਹਨਾਂ ਦੇ ਹੋ ਗਏ, ਵੀ ਦਰਸ਼ਨ ਤਾਂ ਔਰੰਗਜ਼ੇਬ ਵੀ ਕੀਤਾ ਹੈ, ਉਹ ਸਿਪਾਹੀ ਜਿਹੜੇ ਖਿਲਾਫ ਲੜਦੇ ਸੀ ਮਹਾਰਾਜ ਦੇ, ਉਹਨਾਂ ਨੇ ਵੀ ਦਰਸ਼ਨ ਕੀਤੇ ਹੋਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ, ਉਹਨਾਂ ਦੇ ਮਨ ਤੇ ਨਹੀਂ ਬਦਲੇ? ਮਨ ਕਿਤੇ ਬਦਲੇ? ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੌਣ ਹੋ ਕੇ ਰਹਿ ਗਏ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੁਣਿਆ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਸੁਣੇ ਤੇ ਕਮਾਏ, ਵੀ ਦੇਖਿਆ ਵੀ ਬੜਾ ਆਨੰਦ ਹੈ, ਉਹ ਬਦਲ ਗਏ। ਅੱਜ ਵੀ ਆਪਾਂ ਬਦਲ ਸਕਦੇ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਕੌਣ ਨੇ? ਅੱਜ ਗੁਰੂ ਗ੍ਰੰਥ ਸਾਹਿਬ ਰੂਪ ਹੋ ਕੇ ਬੈਠੇ। ਆਪਾਂ ਕਹਿੰਦੇ ਹਾਂ ਨਾ ਵੀ ਦਸਾਂ ਗੁਰੂਆਂ ਕੀ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਸਾਡੇ ਮਨ 'ਚ ਕਿਉਂ ਨਹੀਂ ਆਉਂਦਾ ਵੀ ਅਸੀਂ ਵੀ ਮਰੀਏ, ਜੂਝੀਏ, ਅਸੀਂ ਵੀ ਕੁਛ ਵਾਰ ਦਈਏ ਗੁਰੂ ਪ੍ਰਤੀ, ਸੰਗਤ, ਕੌਮ ਪ੍ਰਤੀ? ਕਿਉਂਕਿ ਅਸੀਂ ਸੁਣੇ ਨਹੀਂ ਬਚਨ ਗੁਰੂ ਗ੍ਰੰਥ ਸਾਹਿਬ ਦੇ, ਅਸੀਂ ਨਹੀਂ ਬਚਨ ਸੁਣੇ ਗੁਰੂ ਗੋਬਿੰਦ ਸਿੰਘ ਦੇ, ਅਸੀਂ ਸਮਝਿਆ ਨਹੀਂ ਗੁਰੂ ਗੋਬਿੰਦ ਸਿੰਘ ਨੂੰ। ਉਹਨਾਂ ਨੇ ਸਮਝਿਆ, ਉਹਨਾਂ ਨੇ ਪਰਖਿਆ, ਵੇਖਿਆ, ਧਿਆਨ ਲਾਇਆ ਗੁਰੂ ਗੋਬਿੰਦ ਸਿੰਘ ਉੱਤੇ ਵੀ ਮਹਾਰਾਜ ਜੈਸੀ ਮਿੱਠੀ ਚੀਜ਼ ਕੋਈ ਨਹੀਂ ਸੰਸਾਰ ਉੱਤੇ, ਤਾਂ ਉਹਨਾਂ ਨੇ ਜਾਨਾਂ ਮਾਰੀ। ਇਹ ਜਾਣ ਤੇ ਮਹਾਰਾਜ ਕਿਸ ਕੋਈ ਹੈ ਹੀ ਨਹੀਂ, ਇਹ ਤਾਂ ਤੁਹਾਡੇ ਲਿਖੇ ਆ ਸੱਚੇ ਪਾਤਸ਼ਾਹ, ਇਹ ਤੁਹਾਡੇ ਅਰਪਣ ਹੈ। ਆਪਾਂ ਸ਼ਬਦ ਪੜ੍ਹਿਆ, ਜਿਸ ਦਾ ਸਾਹਿਬ ਡਾਡਾ ਹੋਏ ਇਸ ਨੂੰ ਮਾਰ ਨਾ ਸਕੇ ਕੋਈ। ਇਸ ਸ਼ਬਦ ਦਾ ਅਰਥ ਕੀ ਹੈ? ਇੱਥੇ ਕਹਿੰਦੇ ਉਹਨੂੰ ਕੋਈ ਮਾਰ ਨਹੀਂ ਸਕਦਾ ਜਿਹਦਾ ਪਿਓ ਤਗੜਾ ਹੈ, ਜਿਹਦਾ ਬਾਪੂ, ਜਿਹਦਾ ਸਾਹਿਬ, ਜਿਹਦਾ ਗੁਰੂ ਤਗੜਾ ਹੈ, ਉਹਨੂੰ ਕੋਈ ਮਾਰ ਨਹੀਂ ਸਕਦਾ, ਉਹਨੂੰ ਕੋਈ ਹੱਥ ਨਹੀਂ ਲਾ ਸਕਦਾ, ਕੋਈ ਮਾਰ ਨਹੀਂ ਸਕਦਾ। ਪਰ ਮਾਫ ਕਰਿਓ, ਇੱਥੇ ਕਿਹੜੇ ਮਰਨ ਦੀ ਗੱਲ ਹੋਈ ਹੈ? ਕਿਹੜੇ ਮਰਨੇ ਦੀ ਗੱਲ ਇੱਥੇ ਹੋਈ ਹੈ? ਧਿਆਨ ਇੱਥੇ ਰੱਖਿਓ ਆਪਣਾ ਸਾਰੇ। ਇੱਥੇ ਗੱਲ ਧਿਆਨ ਨਾਲ ਸੁਣਿਓ, ਸਮਝਣ ਵਾਲੀ ਹੈ। ਮੌਤ ਸਾਰਿਆਂ ਨੂੰ ਆਈ, ਇਹ ਸਰੀਰ ਜਿਹੜਾ ਨਾਸ਼ਵੰਤ ਹੈ, ਜਿੰਨੇ ਗੁਰਸਿੱਖ ਸਨ, ਜਿੰਨੇ ਲਾਡਲੇ, ਜਿੰਨੇ
ਪਿਆਰੇ ਪੰਜ ਪਿਆਰੇ ਸਾਹਿਬਾਨ ਜਾਂ ਚਾਰ ਸਾਹਿਬਜ਼ਾਦੇ ਜਾਂ ਹੋਰ ਸਿੱਖ ਸਿੱਖਣੀਆਂ ਉਹ ਸਾਰੇ ਸ਼ਹੀਦ ਹੋਏ। ਮੌਤ ਸਾਰਿਆਂ ਨੂੰ ਆਈ ਕਿਉਂਕਿ ਇਹ ਦੇਹ ਜਿਹੜੀ ਨਾਸ਼ਵੰਤ ਹੁੰਦੀ ਇਹ ਦੇਹ ਨੇ ਖਤਮ ਹੋਣਾ ਹੀ ਹੋਣਾ ਮੁੱਕਣਾ ਹੀ ਮੁੱਕਣਾ। ਇੱਥੇ ਕਿਹੜੀ ਮੌਤ ਦੀ ਗੱਲ ਆਉਂਦੀ ਹੈ ਮਹਾਰਾਜ, ਕਿਹੜੀ ਮੌਤ ਦੀ ਗੱਲ ਕਰਦੇ? ਇੱਥੇ ਕਹਿੰਦੇ ਜਿਸ ਦਾ ਸਾਹਿਬ ਡਾਡਾ ਹੋਏ ਤਾਂ ਉਸਨੂੰ ਮਾਰ ਨਾ ਸਕੇ ਕੋਈ। ਇੱਥੇ ਮੌਤ ਪਤਾ ਕਿਹੜੀ ਹੈ? ਇੱਥੇ ਜ਼ਮੀਰ ਦੇ ਮਰਨੇ ਨੂੰ ਕਿਹਾ ਹੈ। ਜ਼ਮੀਰ ਅੰਦਰ ਆਤਮਾ, ਕਹਿੰਦੇ ਜਿਹਦਾ ਪਿਓ ਤਗੜਾ ਹੈ, ਜਿਹਦਾ ਸਾਹਿਬ ਤਗੜਾ ਹੈ, ਜਿਹਦੀ ਬੈਕ ਤਗੜੀ ਹੈ, ਕਹਿੰਦੇ ਉਹਨੂੰ ਕੋਈ ਡੁਲਾ ਨਹੀਂ ਸਕਦਾ। ਆਖੋ ਸਤਨਾਮ। ਮੌਤ ਤੇ ਸਾਰਿਆਂ ਨੂੰ ਆਏਗੀ, ਮਰਨਾ ਤੇ ਸਾਰਿਆਂ ਨੇ ਹੈ, ਪਰ ਸਿਰ ਉੱਚਾ ਕਰਕੇ ਕੌਣ ਮਰ ਸਕਦਾ ਹੈ? ਇਹ ਗੁਰੂ ਕੇ ਲਾਡਲਿਆਂ ਤੋਂ ਸਿੱਖੋ। ਆਪਣੇ ਧਰਮ ਵਿੱਚ ਪਰਪੱਖ ਰਹਿ ਕੇ, ਆਪਣੇ ਕੌਮ ਆਪਣੇ ਸਿਧਾਂਤਾਂ ਉੱਤੇ ਪੱਕੇ ਰਹਿ ਕੇ ਕੌਣ ਸ਼ਹੀਦ ਹੋ ਸਕਦਾ ਹੈ? ਇਹ ਗੁਰੂ ਗੋਬਿੰਦ ਸਿੰਘ ਨੂੰ ਪੁੱਛ। ਕਿਉਂਕਿ ਮੇਰਾ ਸਾਹਿਬ ਤਗੜਾ ਸੀ ਨਾ, ਜੇ ਅਨੰਦਪੁਰ ਸਾਹਿਬ ਮਖਮਲੀ ਸੇਜਾਂ ਉੱਤੇ ਮਹਾਰਾਜ ਸੌਂਦੇ ਸੀ ਤੇ ਜੇ ਮਾਛੀਵਾੜੇ ਜੰਗਲਾਂ ਵਿੱਚ ਕੰਡਿਆਂ ਉੱਤੇ ਪੈਣਾ ਵੀ ਪੈ ਗਿਆ ਤੇ ਤਾਂ ਵੀ ਸੱਚੇ ਪਾਤਸ਼ਾਹ ਨੇ ਤੇਰਾ ਭਾਣਾ ਕਹਿ ਕੇ ਉਹਨੂੰ ਸਵੀਕਾਰ ਕੀਤਾ ਖੁਸ਼ੀ ਖੁਸ਼ੀ ਹੱਸੀ ਖੁਸ਼ੀ, ਤਾਂ ਵੀ ਮਿੱਤਰ ਪਿਆਰਾ ਨਾਲ ਸੀ ਉਹਨਾਂ ਦੇ। ਜੇ ਪਰਿਵਾਰ ਨਾਲ ਸੀ, ਬੱਚੇ ਗੋਦੀ ਖੇਡਦੇ ਸੀ, ਗਹਿਮਾ ਗਹਿਮਾ ਰਹਿੰਦੀ ਸੀ ਅਨੰਦਪੁਰ, ਤੇ ਅੱਜ ਜਦੋਂ ਕੋਈ ਵੀ ਨਹੀਂ ਨਾਲ ਤਾਂ ਵੀ ਸੱਚੇ ਪਾਤਸ਼ਾਹ ਕਹਿੰਦੇ ਵਾਹ ਤੇਰਾ ਭਾਣਾ, ਤਾਂ ਵੀ ਮੁਸਕਰਾਹਟ ਤੇ ਚਿਹਰੇ ਤੇ ਹੈ ਹੀ ਹੈ ਉਦਾਂ ਦੀ ਮੁਸਕਰਾਹਟ ਨਹੀਂ ਗਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮੁਸਕਰਾਹਟ ਨਹੀਂ ਗਈ। ਤੇ ਐਸਾ ਬਾਪੂ ਐਸਾ ਗੁਰੂ ਜਿਹਦਾ ਹੋਵੇ ਉਹਦਾ ਸਿੱਖ ਕਿੱਦਾਂ ਡੋਲ ਜਾਏ? ਆਖੋ ਸਤਨਾਮ ਸ੍ਰੀ। ਉਹਦਾ ਸਿੱਖ ਕਿਉਂ ਡੋਲੇ? ਉਹਦਾ ਸਿੱਖ ਕਿੱਦਾਂ ਡੋਲ ਜਾਏਗਾ? ਇਹ ਤਾਂ ਗੱਲ ਸਪਸ਼ਟ ਹੈ ਜੀ, ਜਿਸ ਦਾ ਸਾਹਿਬ ਡਾਡਾ ਹੋਏ ਉਸਨੂੰ ਮਾਰ ਨਾ ਸਕੇ ਕੋਈ। ਕਿੰਡੇ ਕਿੱਡੇ ਲਾਲਚ ਦਿੱਤੇ ਹੋਣੇ ਆ, ਅਸੀਂ ਤਾਂ ਗੱਲਾਂ ਕਰਦੇ ਹਾਂ ਪਰ ਉੱਥੇ ਦਿਖਾਇਆ ਗਿਆ ਹੋਣਾ ਵੀ ਇਹ ਜਗੀਰਾਂ ਤੁਹਾਨੂੰ ਦੇ ਦਾਂਗੇ, ਇੰਨਾ ਸੋਨਾ ਚਾਂਦੀ, ਇੰਨੇ ਹੀਰੇ ਜਵਾਹਰਾਤ, ਇੰਨੇ ਤੁਹਾਨੂੰ ਅਹੁਦੇ ਬਖਸ਼ ਦਾਂਗੇ, ਇਹ ਦੇ ਦਾਂਗੇ, ਉਹ ਦੇ ਦਾਂਗੇ, ਤੁਸੀਂ ਐਸ਼ ਕਰੋਗੇ, ਤੁਸੀਂ ਜੀਓਗੇ ਜ਼ਿੰਦਗੀ, ਕਿੰਨਾ ਕੁਛ ਵਿਖਾਇਆ ਹੋਣਾ ਹੈ। ਪਰ ਧੰਨ ਗੁਰੂ ਕੇ ਸਿੱਖ ਜਿਨ੍ਹਾਂ ਨੇ ਆਪਣੇ ਜਿਗਰੇ ਨਹੀਂ ਡੁਲਾਏ, ਅਟਲ ਰਹੇ। ਅੱਜ ਸਿੱਖ ਵੇਖਦੇ ਆ ਜਿਹੜੇ ਬੋਤਲਾਂ ਉੱਤੇ ਡੁੱਲਦੇ ਆ, ਬੋਤਲਾਂ ਉੱਤੇ ਵਿਕ ਜਾਂਦੇ ਆ, ਜਿਹੜੇ ਚੰਦ ਰੁਪਿਆਂ ਨੂੰ ਵੇਖ ਕੇ ਵਿਕ ਜਾਂਦੇ ਆ ਉਹਨਾਂ ਪਿੱਛੇ, ਉਹ ਕਿੱਦਾਂ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਖੂਨ ਕਿੱਦਾਂ ਹੋਵੋਗੇ? ਅੱਜ ਸਾਡੇ ਵਿੱਚ ਉਹ ਤਾਕਤਾਂ ਕਿੱਦੇ ਆ? ਸਾਡਾ ਗੁਰੂ ਗੋਬਿੰਦ ਸਿੰਘ ਨਹੀਂ, ਸਾਡਾ ਸਾਹਿਬ ਡਾਡਾ ਨਹੀਂ, ਆਪਾਂ ਵੀ ਤਾਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਹਾਂ, ਖੂਨ ਤਾਂ ਉਹਦਾ ਹੀ ਹੈ। ਅੰਮ੍ਰਿਤਧਾਰੀ ਓ ਮਹਾਰਾਜ ਕੀ ਕਹਿੰਦੇ ਆ ਸੱਚੇ ਪਾਤਸ਼ਾਹ, ਜੇ ਅੰਮ੍ਰਿਤ ਵੀ ਛਕਿਆ ਹੋਇਆ ਇਹ ਨਾ ਸਮਝਿਓ ਵੀ ਮੈਂ ਹੁਣ ਬਸ ਬਣ ਗਿਆ ਕੁਛ। ਮੈਂ ਹਮੇਸ਼ਾ ਗੱਲ ਕਹਿੰਦਾ ਹੁੰਦਾ ਵੀ ਇੱਥੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ, ਮੈਂ ਨਹੀਂ ਬੋਲਦਾ ਜੀ, ਕਹਿੰਦੇ ਅੰਮ੍ਰਿਤਧਾਰੀ ਵੀ ਕੋਈ ਨਹੀਂ ਪਤਾ ਅੰਦਰੋਂ ਮਾਇਆਧਾਰੀ ਨਿਕਲੇ। ਆਖੋ ਸਤਨਾਮ। ਕਿਉਂ? ਕਿਉਂਕਿ ਸੁਣਦਾ ਨਹੀਂ ਚੱਜ ਦੀ ਗੱਲ। ਮਹਾਰਾਜ ਕਹਿੰਦੇ ਮਾਇਆਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਾਈ ਬਹੁ ਰੋਲ ਕਚੋਲਾ। ਕਹਿੰਦੇ ਉਹਨੂੰ ਸ਼ਬਦ ਨਹੀਂ ਸੁਣਾਈ ਦਿੰਦਾ, ਉਹਨੂੰ ਸੱਚ ਦੀ ਆਵਾਜ਼ ਨਹੀਂ ਸੁਣਾਈ ਦਿੰਦੀ, ਉਹਨੂੰ ਹੋਰ ਰੋਲੇ ਕਚੋਲੇ ਸੁਣਾਈ ਦਿੰਦੇ ਆ, ਹੋਰ ਪਾਸੇ ਜਾਂਦਾ ਹੈ ਪਰ ਸੱਚ ਦੀ ਆਵਾਜ਼ ਨਹੀਂ ਸੁਣਦਾ। ਇਹ ਕਾਹਦਾ ਸਿੱਖ? ਇਹ ਮਾਇਆਧਾਰੀ ਹੈ। ਅੰਮ੍ਰਿਤਧਾਰੀ ਤਾਂ ਉਹ ਹੈ ਜਿਹਨੇ ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੁਆ ਦੀਆ। ਜਿਹਨੇ ਅੰਮ੍ਰਿਤ ਪੀਤਾ ਤੇ ਜਿਹੜਾ ਅਮਰ ਹੋਇਆ, ਉਹ ਨਾਮ ਰਸ ਪੀ ਕੇ, ਉਹ ਸੱਚ ਦੀ ਕਮਾਈਆਂ ਕਰਕੇ ਉਹ ਅੱਗੇ ਵਧੇ। ਐਵੇਂ ਨਹੀਂ ਜੀ ਉਹਨਾਂ ਨੇ ਸਿਰ ਆਪਣੇ ਤਲੀ ਉੱਤੇ ਰੱਖੇ ਹੋਏ ਸੀ। ਪਹਿਲਾਂ ਉਹਨਾਂ ਨੂੰ ਮਰਨ ਕਬੂਲ ਸੀ, ਮਰਨਾ ਕਬੂਲ ਸੀ। ਮਰਨਾ ਮਤਲਬ ਆਪਣੀਆਂ ਇੱਛਾਵਾਂ ਨੂੰ ਮਾਰਨਾ,
ਝੂਠ ਨੂੰ ਖਤਮ ਕਰਨਾ, ਅਗਿਆਨਤਾ ਨੂੰ ਖਤਮ ਕਰਨਾ ਤੇ ਸੱਚ ਦੀ ਕਮਾਈ ਕਰਨੀ, ਗਿਆਨਵਾਨ ਬਣਨਾ, ਇਹਨੂੰ ਕਹਿੰਦੇ ਆ ਜ਼ਿੰਦਗੀ। ਆਪਾਂ ਕਹਿੰਦੇ ਨਾ ਜੀ ਮਰ ਗਏ, ਮਰ ਜਾਓ ਸਿੱਖੋ, ਮਰ ਜਾਓ ਅੱਜ ਮਰ ਜਾਓ, ਪਰ ਯਾਦ ਰੱਖਿਓ ਮਰਨ ਤੋਂ ਪਹਿਲਾਂ ਆਉਂਦੀ ਹੈ ਜ਼ਿੰਦਗੀ। ਜਿਹਨੇ ਆਪਣੀ ਜ਼ਿੰਦਗੀ ਨਹੀਂ ਜੀ ਢੰਗ ਨਾਲ ਤਰੀਕੇ ਨਾਲ, ਜੋ ਜੀਵਨ ਨਹੀਂ ਜੀ ਸਕਿਆ, ਮੈਨੂੰ ਮਾਫ ਕਰਿਆ ਜੇ ਉਹ ਤਰੀਕੇ ਨਾਲ ਮਰ ਵੀ ਨਹੀਂ ਸਕਦਾ। ਆਖੋ ਸਤਨਾਮ। ਜਿਹੜਾ ਤਰੀਕੇ ਨਾਲ ਜੀਵਨ ਨਹੀਂ ਜੀ ਸਕਦਾ ਉਹ ਤਰੀਕੇ ਨਾਲ ਮਰ ਵੀ ਨਹੀਂ ਸਕਦਾ, ਇਹ ਸੱਚਾਈ ਹੈ। ਬਾਬਾ ਫਤਿਹ ਸਿੰਘ ਦਾ ਜੀਵਨ ਵੇਖੋ, ਬਾਬਾ ਅਜੀਤ ਸਿੰਘ ਹੋਣਾ ਦਾ ਜੀਵਨ ਵੇਖੋ, ਭਾਈ ਦਇਆ ਸਿੰਘ ਹੋਣਾ ਦਾ ਜੀਵਨ ਵੇਖੋ, ਜਿਹੜੇ ਸਾਰੀ ਉਮਰ ਸਾਰੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨਾਂ ਉੱਤੇ ਪਹਿਰਾ ਦਿੱਤਾ, ਉਹ ਫਿਰ ਮੌਤ ਵੀ ਕਿੱਦਾਂ ਦੀ ਆਈ ਜਿਹੜੀ ਸਾਰੀ ਦੁਨੀਆਂ ਯਾਦ ਕਰਦੀ ਹੈ। ਜਿਹਨੂੰ ਜੀਣਾ ਨਹੀਂ ਆਇਆ ਉਹਨੂੰ ਮਰਨਾ ਵੀ ਨਹੀਂ ਆ ਸਕਦਾ, ਤੇ ਜਿਉਂਦਿਆਂ ਜੀ ਮਰਨਾ ਸਿੱਖੀਏ, ਗੁਰੂ ਦੇ ਹੋ ਕੇ ਰਹੀਏ। ਇਹਨੂੰ ਸੱਚੇ ਪਾਤਸ਼ਾਹ ਆਓ ਸਾਰੇ ਪੜ੍ਹੀਏ ਇੱਕ ਵਾਰੀ ਗੱਜ ਕੇ। ਜੀਵਨ ਕੀ ਛੱਡ ਆਸ, ਜੀਵਨ ਕੀ ਛੱਡ ਆਸ, ਪਹਿਲਾਂ ਮਰਨ ਕਬੂਲ। ਜੀਵਨ ਕੀ ਛੱਡ ਆਸ, ਪਹਿਲਾਂ ਮਰਨ ਕਬੂਲ। ਗੱਜ ਕੇ ਮਰਨ ਕਬੂਲ, ਪਹਿਲਾ ਮਰਨ ਕਬੂਲ, 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 ਮਰਨ ਕਬੂਲ, ਪਹਿਲਾ ਮਰਨ ਕਬੂਲ। ਜੀਵਨ ਕੀ ਛੱਡ ਆਸ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਪਹਿਲਾ ਮਰਨ ਕਬੂਲ, ਗੱਜ ਕੇ ਭਾਈ ਸਾਰੇ। ਜੀਵਨ ਕੀ ਛੱਡ ਆਸ, ਪਹਿਲਾ ਮਰਨ ਕਬੂਲ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਣ ਕਾ ਤੋ ਆਓ ਹਮਾਰੇ ਪਾਸ। ਕਹਿੰਦੇ ਐਵੇਂ ਨੀ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਣਾ। ਕਹਿੰਦੇ ਗੱਲਾਂ ਬਾਤਾਂ ਨਾਲ ਤੈਨੂੰ ਨਹੀਂ ਕੁਝ ਮਿਲਣਾ, ਮੁਰਦਾ ਬਣਨਾ ਹੈ ਤੇ ਮੁਰੀਦ ਹੋਣਾ ਪੈਣਾ। ਸੱਚੇ ਆਸ਼ਕ ਗੁਰੂ ਦੇ ਇੱਕ ਇੱਕ ਬਚਨ ਕਮਾਉਣ ਵਾਲਾ ਤਾਂ ਤਾਕਤਾਂ ਮਿਲਦੀਆਂ। ਮੈਂ ਇੱਕ ਇਤਿਹਾਸ ਵਿੱਚੋਂ ਇੱਕ ਸਿੱਖ ਬੀਬੀ ਦਾ ਜ਼ਿਕਰ ਕਰਾਂ,
ਸ਼ਾਇਦ ਆਪਾਂ ਨੇ ਸੁਣਿਆ ਹੋਵੇ, ਬੀਬੀ ਹਰਸ਼ਰਨ ਕੌਰ ਜੀ ਉਹ ਕਿੱਦਾਂ ਦੀ ਤਾਕਤਵਰ ਬੀਬੀ ਸੀ। ਜਿਸ ਵੇਲੇ ਚਮਕੌਰ ਦੀ ਗੜੀ ਜੰਗ ਮੁਕਿਆ, ਰਾਤ ਵੇਲੇ ਸਾਰੇ ਸਿੱਖਾਂ ਦੀਆਂ ਸਾਰੇ ਸਿੰਘਾਂ ਦੀਆਂ ਲੋਥਾਂ ਲਾਸ਼ਾਂ ਉੱਥੇ ਬਿਖਰੀਆਂ ਪਈਆਂ, ਜਿਹੜੇ ਧਰਮ ਉੱਤੋਂ ਜਿਨ੍ਹਾਂ ਨੇ ਜਾਨਾਂ ਵਾਰੀਆਂ। ਕਿਸੇ ਅੰਦਰ ਜਿਗਰੇ ਨਹੀਂ, ਕਿਸੇ ਅੰਦਰ ਤਾਕਤ ਨਹੀਂ, ਡਰ ਬੈਠਿਆ ਹੋਇਆ ਹਕੂਮਤ ਦਾ ਵੀ ਮਾਰ ਦੇਣਗੇ, ਪੈਰੇ ਸਖਤ ਪੈਰੇ ਲਗਾਏ ਹੋਏ। ਆ ਸੁਣਿਓ ਧਿਆਨ ਨਾਲ ਬੀਬੀ, ਉਹਨਾਂ ਵਿੱਚੋਂ ਇੱਕ ਸ਼ੇਰ ਪੁੱਤਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਮਹਾਰਾਜ ਦੀ, ਬੀਬੀ ਹਰਸ਼ਰਨ ਕੌਰ, ਅੰਮ੍ਰਿਤਧਾਰੀ ਬੀਬੀ, ਬਾਣੀ ਤੇ ਬਾਣੇ ਦੀ ਧਾਰ। ਜਿਗਰਾ ਰੱਖ ਕੇ ਅਰਦਾਸ ਸੋਧ ਕੇ ਘਰੋਂ ਚਮਕੌਰ ਦੀ ਗੜੀ ਜਿੱਥੇ ਜੰਗ ਹੋਇਆ ਰਾਤ ਵੇਲੇ ਉੱਥੇ ਪਹੁੰਚੇ। ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਜੀ ਕੇ ਸਿੱਖਾਂ ਦੇ ਸਰੀਰਾਂ ਦਾ ਸੰਸਕਾਰ ਕਰਨਾ ਹੈ, ਆਗਿਆ ਬਖਸ਼ੋ, ਸੇਵਾ ਲਾਓ। ਕੱਲੀ ਬੀਬੀ ਸੀ, ਕੱਲੀ ਬੀਬੀ। ਉਹਨਾਂ ਦਾ ਜਿਹੜਾ ਪਤੀ ਸੀ ਉਸ ਬੀਬੀ ਦਾ, ਬੀਬੀ ਹਰਸ਼ਰਨ ਕੌਰ ਜੀ ਦਾ, ਉਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਇੱਥੇ ਗੜੀ ਵਿੱਚ ਸ਼ਹੀਦ ਹੋਏ ਸਨ। ਉਹ ਵੀ ਇੱਥੇ ਲੜਨ ਗਏ ਸੀ। ਉਸ ਕੱਲੀ ਬੀਬੀ ਨੇ ਰਾਤ ਵੇਲੇ, ਰਾਤ ਦੇ ਹਨੇਰੇ ਵਿੱਚ ਦੀਵਾ ਹੱਥ 'ਚ ਫੜਿਆ ਹੋਇਆ ਤੇ ਜਾ ਕੇ ਕੱਲਾ ਕੱਲਾ ਐਵੇਂ ਸਰੀਰ ਟੋਲਦੀ ਹੈ, ਦੇਖਦੀ ਹੈ, ਹੱਥ ਲਗਾਉਂਦੀ ਹੈ, ਹੱਥਾਂ ਵੱਲ ਦੇਖਦੀ ਵੀ ਕੜਾ ਹੈ, ਚਿਹਰੇ 'ਤੇ ਐਵੇਂ ਹੱਥ ਫੇਰਿਆ ਤੇ ਦੇਖਿਆ ਵੀ ਦਾੜਾ ਹੈ, ਸਿਰ 'ਤੇ ਦਸਤਾਰ ਹੈ। ਇੱਕ ਇੱਕ ਸਿੰਘ ਦੀ ਕੱਲੇ ਕੱਲੇ ਦੀ ਪਛਾਣ ਕੀਤੀ ਉਸ ਬੀਬੀ ਨੇ, ਬੀਬੀ ਹਰਸ਼ਰਨ ਕੌਰ। ਦੇਖਿਆ ਵੀ ਕੜੇ ਦੇਖੇ, ਦਸਤਾਰਾਂ ਦੇਖੀਆਂ, ਦਾੜੇ ਵੇਖੇ ਵੀ ਸਿੰਘ ਨੇ, ਤੇ ਕਰਦੇ ਕਰਦੇ ਇੱਕ ਇੱਕ ਨੂੰ ਆਪਣੇ ਮੋਢੇ ਤੇ ਚੁੱਕਿਆ, ਇੱਕ ਪਾਸੇ ਸਾਰਿਆਂ ਨੂੰ ਲਗਾਇਆ ਤੇ ਜਿਸ ਵੇਲੇ ਉਹਨਾਂ ਨੇ ਵੇਖਦੇ ਵੇਖਦੇ ਜਿਸ ਵੇਲੇ ਦੀਵਾ ਐਵੇਂ ਜਗਦਾ ਸੀ ਵੀ ਦੇਖਦੇ ਸੀ ਨਾਲ ਇੱਕ ਸਿੰਘ ਦਾ ਸਰੀਰ ਐਂ ਵੇਖਿਆ ਤੇ ਦਿਖਿਆ ਵੀ ਆ ਤਾਂ ਮੇਰੇ ਸਿਰ ਦਾ ਸਾਈਂ, ਮੇਰਾ ਪਤੀ। ਤੇ ਉਸ ਵੇਲੇ ਅੱਥਰੂ ਡਿੱਗੇ ਬੀਬੀ ਹਰਸ਼ਰਨ ਕੌਰ ਜੀ ਦੇ ਤੇ ਹੱਥ ਬੰਨ ਕੇ ਕਹਿੰਦੀ, ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ, ਕੋਟਾਨਕੋਟ ਸ਼ੁਕਰ ਹੈ, ਕੋਟਾਨਕੋਟ ਸ਼ੁਕਰ ਹੈ ਸੱਚੇ ਪਾਤਸ਼ਾਹ ਵੀ ਮੇਰੇ ਪਤੀ ਨੂੰ ਆਪ ਜੀ ਨੇ ਆਪਣੀ ਸੇਵਾ ਲਾਇਕ ਸਮਝਿਆ ਤੇ ਮੇਰਾ ਜੀਵਨ ਵੀ ਨਾਲ ਸਫਲ ਹੋਇਆ, ਮੈਂ ਵੀ ਸ਼ਹੀਦ ਦੀ ਸਿੰਘਣੀ ਕਹਾ ਸਕਦੀ ਹਾਂ। ਸ਼ੁਕਰਾਨੇ ਸ਼ੁਕਰਾਨੇ ਕਰਕੇ ਉਹਨਾਂ ਦਾ ਸਰੀਰ ਵੀ ਮੋਢੇ ਚੁੱਕ ਕੇ ਇੱਕ ਪਾਸੇ ਸਾਰਿਆਂ ਨੂੰ, ਸਿੰਘਾਂ ਨੂੰ ਇਕੱਠਾ ਕਰਕੇ ਅਗਨ ਭੇਟ ਕੀਤਾ, ਲੱਕੜਾਂ ਇਕੱਠੀਆਂ ਕਰਕੇ ਅਗਨ ਭੇਟ ਕੀਤਾ ਤੇ ਨਾਲ ਬੈਠ ਕੇ 16 ਸਾਹਿਬ ਦਾ ਜਾਪ ਕੀਤਾ ਤੇ ਐਨ ਬੈਠ ਕੇ 16 ਸਾਹਿਬ ਦੀ ਬਾਣੀ ਪੜ੍ਹਦੇ, ਕੀਰਤਨ ਸੋਹਿਲਾ। ਦੂਰ ਮੁਗਲ ਵੇਖਦੇ ਆ ਵੀ ਦੂਰੋਂ ਦੁਸ਼ਮਣ ਵੇਖਦਾ ਹੈ ਵੀ ਐਡੀ ਅੱਗ ਕਿੱਥੋਂ ਲੱਗਦੀ ਹੈ, ਲਪਟਾਂ ਕਿੱਥੋਂ ਉੱਠਦੀਆਂ, ਇੱਥੇ ਕੌਣ ਆ ਗਿਆ ਰਾਤ ਵੇਲੇ, ਅੱਗ ਕਿੱਥੋਂ ਲੱਗ ਗਈ। ਤੇ ਦੋ ਸਿਪਾਹੀ ਭੇਜਦੇ ਆ ਜਾ ਕੇ ਵੇਖੋ ਵੀ ਕੀ ਹੁੰਦਾ ਹੈ, ਕੀ ਚੱਲਦਾ ਅੰਦਰ, ਕੌਣ ਆ ਗਿਆ ਇਸ ਵੇਲੇ। ਬਹੁਤ ਗੁੱਪ ਹਨੇਰਾ ਹੁੰਦਾ ਹੈ, ਜਾ ਕੇ ਜਦੋਂ ਉਸ ਜਗ੍ਹਾ ਤੇ ਪਹੁੰਚਦੇ ਆ ਤੇ ਕੀ ਵੇਖਦੇ, ਇੱਕ ਬੀਬੀ ਅੱਖਾਂ ਬੰਦ ਕਰਕੇ ਚੌਂਕੜਾ ਮਾਰ ਕੇ ਤੇ ਉਹ ਜਿੱਥੇ ਅਗਨ ਭੇਟ ਕੀਤਾ ਹੁੰਦਾ ਹੈ ਸਿੰਘਾਂ ਦਾ ਸਰੀਰ, ਉਹਦੇ ਨਾਲ ਬੈਠ ਕੇ ਬਾਣੀ ਪੜ੍ਹਦੇ ਹੋ ਤੇ ਬਾਣੀ ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁੱਖ ਮੰਗੈ ਮੁੱਕ ਕਰ ਸੰਤਨ। ਜਿਸ ਵੇਲੇ ਬਾਣੀ ਪੜ੍ਹਦੇ ਆ ਤੇ ਉਹ ਸਿਪਾਹੀਆਂ ਨੇ ਡਟ ਕੇ ਆਵਾਜ਼ ਦਿੱਤੀ ਵੀ ਬੀਬੀ ਇੱਥੇ ਕੀ ਕਰਦੀ ਹੈ ਤੂੰ, ਉਹ ਕੁਛ ਨਾ ਬੋਲੇ, ਆਪਣਾ ਮਸਤ ਬਾਣੀ ਕੀ ਕਰਦੀ ਇੱਥੇ। ਜਿਸ ਵੇਲੇ ਬੀਬੀ ਨੇ ਨਾ ਸੁਣਿਆ ਨਾ ਜਵਾਬ ਦਿੱਤਾ, ਉਹਨਾਂ ਨੇ ਆਪਣੀ ਤਲਵਾਰਾਂ ਕੱਢੀਆਂ ਤੇ ਇੱਥੇ ਬੀਬੀ ਵੀ ਖੜੀ ਹੋਈ ਫਿਰ
ਬੀਬੀ ਹਰਸ਼ਰਨ ਕੌਰ ਜੀ ਨੇ ਆਪਣੀ ਕਿਰਪਾਨ ਕੱਢੀ ਤੇ ਉੱਥੇ ਵੀ ਫਿਰ ਪੰਜ ਸੱਤ ਨੂੰ ਝਟਕਾਇਆ ਬੀਬੀ ਹਰਸ਼ਰਨ ਕੌਰ ਜੀ ਨੇ। ਹੋਰ ਸਿਪਾਹੀ ਭੱਜੇ ਆਏ ਤੇ ਜਿਸ ਵੇਲੇ ਨਾ ਜ਼ੋਰ ਚੱਲਿਆ ਤੇ ਸਿਪਾਹੀਆਂ ਨੇ ਬੀਬੀ ਹਰਸ਼ਰਨ ਕੌਰ ਜੀ ਨੂੰ ਫੜ ਕੇ ਚੁੱਕ ਕੇ ਉਸੀ ਅੱਗ ਵਿੱਚ ਸਿੱਟਤਾ ਜਿੱਥੇ ਸਿੰਘਾਂ ਦਾ ਸੰਸਕਾਰ ਹੁੰਦਾ ਸੀ, ਉਸੀ ਅੱਗ ਵਿੱਚ ਸੁੱਟਤਾ ਤੇ ਬੀਬੀ ਹਰਸ਼ਰਨ ਕੌਰ ਵੀ ਉੱਥੇ ਹੀ ਸ਼ਹੀਦ ਹੋਏ। ਐਸੇ ਜਿਗਰੇ, ਐਸੀਆਂ ਤਾਕਤਾਂ ਇਹ ਕਿੱਥੋਂ ਮਿਲਦੀਆਂ? ਇਹ ਇੱਕੋ ਹੀ ਕੇਂਦਰ ਹੈ, ਤਾਕਤ ਦਾ ਇੱਕੋ ਇੱਕ ਸੋਰਸ ਹੈ, ਉਹ ਸੋਰਸ ਹੈ ਸਾਡਾ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਬਾਣੀ। ਇਸ ਬਾਣੀ ਨੇ ਹੀ ਸ਼ਕਤੀ ਦੇਣੀ, ਤਾਕਤ ਦੇਣੀ ਹੈ ਗੁਰੂ ਪਿਆਰਿਓ। ਤਾਕਤ ਬਖਸ਼ਦੇ ਨੇ ਮਹਾਰਾਜ, ਉਹ ਛੋਟੇ ਛੋਟੇ ਲਾਲਾਂ ਵੱਲ ਨਜ਼ਰ ਪਾਓ। ਅੱਜ ਦੀ ਰਾਤ ਆਖਰੀ ਰਾਤ, ਕੱਲ੍ਹ ਨੂੰ ਸ਼ਹੀਦ ਹੋਣਾ, ਕਿੱਦਾਂ ਦੇ ਜਿਗਰੇ ਹੋਣਗੇ ਉਹਨਾਂ ਦੇ, ਉਹਨਾਂ ਲਾਲਾਂ ਦੇ। ਮੈਂ ਆਪ ਜੀ ਦਾ ਜ਼ਿਆਦਾ ਸਮਾਂ ਨਾ ਲਵਾਂ, ਭਾਈ ਸਾਹਿਬ ਵੀ ਇੱਥੇ, ਗਿਆਨੀ ਜੀ ਵੀ ਆ ਪੁੱਜੇ। ਬਸ ਮੇਰੀ ਇੰਨੀ ਕੁ ਬੇਨਤੀ ਹੈ ਵੀ ਇੱਕ ਪੰਕਤੀ ਜਿਹੜੀ ਆਪਾਂ ਦੁਹਰਾਈ ਬਾਰ ਬਾਰ ਪੜ੍ਹੀ, ਜਿਸ ਦਾ ਸਾਹਿਬ ਡਾਡਾ ਹੋਏ ਅਤੇ ਇਸਨੂੰ ਮਾਰ ਨਾ ਸਕੇ, ਅਤੇ ਆਪਣੇ ਅੰਦਰ ਝਾਤੀ ਮਾਰਨੀ ਹੈ ਵਿਕਣ ਤੋਂ ਪਹਿਲਾਂ, ਆਪਾਂ ਵੀ ਵੇਖ ਲਈਏ ਵੀ ਮੈਂ ਵੀ ਗੁਰੂ ਗੋਬਿੰਦ ਸਿੰਘ ਦਾ ਲਾਡਲਾ ਬੱਚਾ, ਮੈਂ ਵੀ ਗੁਰੂ ਗੋਬਿੰਦ ਸਿੰਘ ਦੀ ਧੀ ਹਾਂ। ਗੰਦੇ ਗੀਤਾਂ ਉੱਤੇ ਨੱਚਣ ਤੋਂ ਪਹਿਲਾਂ ਆਪਾਂ ਸੋਚ ਲਈਏ, ਕੰਨ ਵਿੱਚ ਝੂਠ ਪੈਣ ਤੋਂ ਪਹਿਲਾਂ ਸੋਚ ਲਈਏ, ਠੱਗੀ ਮਾਰਨ ਤੋਂ ਪਹਿਲਾਂ ਸੋਚ ਲਈਏ, ਗਲਤ ਕਰਮ ਕਰਦਿਆਂ ਉਸ ਤੋਂ ਪਹਿਲਾਂ ਆਪਾਂ ਇਹ ਸੋਚ ਲਈਏ ਕਿ ਜਿਸ ਵੇਲੇ ਮਰਨਾ ਹੈ ਬਸ ਇੱਕ ਸਿੱਖ ਦੀ ਚਾਹ ਹੋਵੇ, ਇੱਕ ਸਿੱਖ ਦੀ ਇਹ ਚਾਹ ਹੋਵੇ ਕਿ ਜਿਸ ਵੇਲੇ ਮਰੀਏ ਉਸ ਵੇਲੇ ਗੁਰੂ ਗੋਬਿੰਦ ਸਿੰਘ ਐਵੇਂ ਹੱਥ ਖੋਲ ਕੇ ਖੜੇ ਹੋਣ ਵੀ ਆਹ ਮੇਰਿਆ ਬੱਚਿਆ, ਆਹ ਮੇਰੇ ਸੀਨੇ ਲੱਗ ਜਾ, ਆਹ ਮੇਰੀ ਧੀਏ ਮੇਰੇ ਸੀਨੇ ਲੱਗ ਜਾ ਗੁਰੂ ਗੋਬਿੰਦ ਸਿੰਘ ਕਹਿਣ। ਜਿਸ ਵੇਲੇ ਇਹ ਸਾਡੀਆਂ ਆਸਾਂ ਬਣ ਗਈਆਂ ਫਿਰ ਸਮਝਿਓ ਵੀ ਸਾਰੇ ਆਪਾਂ ਨਾ ਸਾਰੇ ਗੁਰੂ ਕੇ ਪਿਆਰੇ ਹੋ ਜਾਣਗੇ। ਅਤੇ ਇਹਨਾਂ ਸ਼ਹੀਦਾਂ ਨੂੰ ਜਿੱਥੇ ਆਪਾਂ ਯਾਦ ਕਰਨਾ, ਉਹਨਾਂ ਦੀ ਕੁਰਬਾਨੀ ਨੂੰ ਜਿੱਥੇ ਆਪਾਂ ਯਾਦ ਕਰਨਾ ਹੈ, ਤੇ ਜ਼ਰੂਰੀ ਹੈ ਕਿ ਆਪਣੇ ਅੰਦਰ ਵੀ ਝਾਤੀ ਮਾਰੀਏ। ਕਿੰਨੇ ਸਾਲ ਲੰਘ ਗਏ ਸਾਨੂੰ ਸ਼ਹੀਦੇ ਦਿਹਾੜੇ ਮਨਾਇਆ, ਮਨਾਈ ਜਾ ਰਹੇ ਹਾਂ, ਮਨਾਈ ਜਾ ਰਹੇ ਹਾਂ, ਕੀਰਤਨ ਸੁਣੀ ਜਾਂਦੇ ਹਾਂ ਆਪਾਂ, ਕੀਰਤਨ ਕਥਾਵਾਂ ਸੁਣੀ ਜਾਂਦੇ ਹਾਂ, ਪਰ ਸਾਡੇ ਵਿੱਚ ਚੇਂਜ ਨਹੀਂ ਆਉਂਦਾ। ਕਿਉਂ? ਆਪਣੀ ਆਦਤ ਨੂੰ ਬਦਲਣਾ ਸਭ ਤੋਂ ਔਖਾ ਕੰਮ ਹੈ ਗੁਰੂ ਪਿਆਰਿਓ। ਜਿਸਨੇ ਆਪਣੀ ਆਦਤ ਬਦਲਣਾ ਹੀ ਸਿੱਖ ਲਈ, ਜਿਹਨੇ ਆਪਣੇ ਆਪ ਨੂੰ ਚੇਂਜ ਕਰਨਾ ਸਿੱਖ ਲਿਆ, ਉਹ ਬੰਦਾ ਹਮੇਸ਼ਾ ਅੱਗੇ ਵਧੇਗਾ, ਉਹ ਕਦੇ ਪਿੱਛੇ ਨਹੀਂ ਰਹਿ ਸਕਦਾ, ਕਦੇ ਹਾਰ ਨਹੀਂ ਹਾਰੇਗਾ ਨਹੀਂ। ਜਿਹਦਾ ਆਗੂ ਗੁਰੂ ਹੋਵੇ, ਇਹਨੂੰ ਭਾਈ ਗੁਰਦਾਸ ਸਾਹਿਬ ਇੱਦਾਂ ਕਹਿੰਦੇ ਆ ਵੀ ਸਤਿਗੁਰ ਆਗੂ ਜਾਣੀਐ ਬਾਹਾਂ ਪਕੜ ਅੰਧਲੇ ਉਧਾਰੇ। ਕਹਿੰਦੇ ਸਾਨੂੰ ਅੰਨਿਆਂ ਨੂੰ ਸਾਡਾ ਆਗੂ ਗੁਰੂ ਗ੍ਰੰਥ ਸਾਹਿਬ ਉਤਾਰੇਗਾ। ਆਓ ਆਪਾਂ ਆਖਰੀ ਪੰਕਤੀ ਪੜ੍ਹੀਏ ਫਿਰ ਸਮਾਪਤੀ। ਸਾਰੇ ਹੁਣ ਨਾਲ ਨਾਲ ਬੋਲਿਓ ਵੀ ਗੱਜ ਕੇ, ਜਿੱਥੇ ਅੱਜ ਦਾ ਵੀ ਸਮਾਗਮ ਹੋਇਆ ਉੱਥੇ ਹੀ ਕੱਲ੍ਹ ਦਾ ਸਮਾਗਮ ਗੁਰਦੁਆਰਾ ਡੇਰਾ ਬਾਬਾ ਕਰਮ ਸਿੰਘ ਜੀ ਦੇ ਉਸ ਅਸਥਾਨ 'ਤੇ ਵੀ ਕੱਲ੍ਹ ਨੂੰ ਦੀਵਾਨ ਸਜਣੇ ਆ, ਵੀ ਮੇਰੀ ਬੇਨਤੀ ਹੈ ਆਪ ਸਾਰੇ ਜ਼ਰੂਰ ਉੱਥੇ ਹਾਜ਼ਰੀ ਭਰਿਓ, ਨਾਲ ਆਪਣੇ ਸਾਥੀਆਂ ਨੂੰ ਵੀ ਹੋਰਾਂ ਨੂੰ ਜ਼ਰੂਰ ਆਪ ਜੀ ਨਾਲ ਲੈ ਕੇ ਆਇਓ। ਕੱਲ੍ਹ ਨੂੰ ਆਪਾਂ ਛੋਟੇ ਸਾਹਿਬਜ਼ਾਦੇ ਉਹਨਾਂ ਦੀ ਸ਼ਹੀਦੀ ਬਾਰੇ ਗੱਲ ਕਰਨੀ ਹੈ, ਅਤੇ ਸਮਝਣਾ ਅੱਜ ਤਾਂ ਟਾਈਮ ਚਲੋ ਬਹੁਤ ਥੋੜ੍ਹਾ ਸੀ, ਤਾਂ ਕਰਕੇ ਸੰਖੇਪ ਬੇਨਤੀ ਹੋ ਸਕੀ। ਕੱਲ੍ਹ ਨੂੰ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਰੱਖਣ, ਕਿਰਪਾ ਕਰਨ, ਖੁੱਲ੍ਹਾ ਸਮਾਂ ਜਿੰਨਾ ਵੀ ਹੋਏ ਆਪਾਂ ਰਲ ਕੇ ਸਾਹਿਬਜ਼ਾਦਿਆਂ ਦੀਆਂ ਗੱਲਾਂ ਕਰੀਏ ਅਤੇ ਕੁਝ ਸਿੱਖੀਏ। ਅਤੇ ਆਓ ਇੱਕ ਵਾਰੀ ਸਾਰੇ ਹੁਣ ਗੱਜ ਕੇ ਬੋਲਿਓ, ਕੋਈ ਰਸਨਾ ਵਾਂਝੀ ਨਾ ਰਹੇ। ਇਹ ਸੱਚੀਆਂ ਪ੍ਰੀਤਾਂ ਸਨ, ਜਿਨ੍ਹਾਂ ਨੇ ਲਾਈਆਂ ਉਹੀ ਜਾਣ ਸਕਦੇ, ਜਿਨ੍ਹਾਂ ਨੇ ਗੁਰੂ ਨਾਲ ਪ੍ਰੀਤ ਕੀਤੀ ਉਹੀ ਜਾਣ ਸਕਦਾ ਹੈ।
ਇਹ ਸੱਚੀ ਪ੍ਰੀਤ ਸੀ ਜਿਹੜੇ ਉਹ ਗੁਰਸਿੱਖ ਕਹਿੰਦੇ ਸੀ ਵੀ ਸੱਚੇ ਪਾਤਸ਼ਾਹ ਤੇਰੇ ਨਾਲ ਆਸ਼ਕੀ ਕੀਤੀ ਹੈ, ਸੱਚੀ ਆਸ਼ਕੀ ਗੁਰਮੁਖ ਸੱਚੀ ਆਸ਼ਕੀ ਜਿਤ ਪ੍ਰੀਤਮ ਸੱਚਾ ਪਾਈ ਹੈ। ਆਓ ਸਾਰੇ ਪੜਿਓ ਜੀ, ਸੱਚੀ ਪ੍ਰੀਤ ਹਮ ਤੁਮ ਸਹਿਉ ਜੋੜੀ, 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 ਸੱਚੀ ਸੱਚੀ ਪ੍ਰੀਤ ਹਮ ਤੁਮ ਸਹਿਉ ਜੋੜੀ, ਸੱਚੀ ਪ੍ਰੀਤ ਹਮ ਤੁਮ ਸਹਿਉ ਜੋੜੀ, ਸਾਰੀ ਸੰਗਤ ਪੜੋ ਵੀ ਗੱਜ ਕੇ, ਸੱਚੀ ਪ੍ਰੀਤ ਸਾਰਿਆਂ ਦੀ ਆਵਾਜ਼ ਆਏ, ਸੱਚੀ ਗੱਜ ਕੇ ਇੱਕ ਵਾਰੀ ਫੇਰ ਸਾਰੇ, ਸੱਚੀ ਪ੍ਰੀਤ ਸੱਚੀ ਪ੍ਰੀਤ ਹਮ ਤੁਮ ਤੋੜੀ, ਇਹਨਾਂ ਨੇ ਸਾਰਿਆਂ ਨਾਲ ਪ੍ਰੀਤਾਂ ਤੋੜੀਆਂ ਪਹਿਲੇ ਗੁਰਸਿੱਖਾਂ ਨੇ। ਜੇ ਪੁੱਛਣਾ ਨਾ ਪ੍ਰੀਤ ਕਿਹਨੂੰ ਕਹਿੰਦੇ ਆ, ਬਈ ਪ੍ਰੀਤ ਕਿਹੜੀ ਹੁੰਦੀ ਹੈ, ਤਾਂ ਜਾ ਕੇ ਪੁੱਛੀਏ ਮੋਤੀ ਰਾਮ ਮਹਿਰਾ ਨੂੰ। ਮੋਤੀ ਰਾਮ ਮਹਿਰਾ ਜੀ ਪ੍ਰੀਤ ਉਹਨਾਂ ਨੂੰ ਪੁੱਛਿਓ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਗਿਰਵੀ ਰੱਖਿਆ, ਸਾਰਾ ਧਨ ਦੌਲਤ ਆਪਣੀ ਇਕੱਠੀ ਕਰਕੇ। ਮੋਤੀ ਰਾਮ ਮਹਿਰਾ ਦੀ ਜਿਹੜੀ ਘਰ ਵਾਲੀ ਸੀ ਨਾ, ਕਹਿੰਦੀ ਵੀ ਕੀ ਗੱਲ, ਬੜੇ ਘਬਰਾਏ ਜੇ ਲੱਗਦੇ ਜੇ। ਕਹਿੰਦੇ ਸਿਪਾਹੀ ਪਹਿਰੇ ਤੇ ਆ, ਜਾਣ ਨਹੀਂ ਦੇਣਾ, ਦੁੱਧ ਪਿਲਾਉਣ ਤਾਂ ਜਾ ਰਿਹਾ ਪਰ ਜਾਣ ਨਹੀਂ ਹੁੰਦੀ। ਘਰ ਵਾਲੀ ਕਹਿੰਦੀ ਇਹ ਸਾਰੀ ਜਮ੍ਹਾਂ ਪੂੰਜੀ ਹੈ ਮੇਰੀ, ਇਹ ਗਹਿਣੇ ਮੇਰੇ ਰੱਖੇ ਹੋਏ ਆ, ਇਹ ਮੈਂ ਜੋੜੇ ਆ, ਇਹ ਮੇਰੀ ਸਾਰੀ ਜਿੰਨੀ ਧਨ ਰਾਸ਼ੀ ਜਿੰਨੀ ਮੇਰੇ ਕੋਲ ਪਈ ਹੈ, ਜਿੰਨੇ ਗਹਿਣੇ ਮੇਰੇ ਪਏ ਹੈ, ਇਹ ਸਾਰੇ ਲੈ ਜਾਓ ਅਤੇ ਸਾਰੇ ਉਹਨਾਂ ਸਿਪਾਹੀਆਂ ਨੂੰ ਦੇ ਦਿਓ। ਕਹਿੰਦੀ ਸਾਨੂੰ ਕੀ ਕਰਨਾ, ਸਾਨੂੰ ਤਾਂ ਬਸ ਸਾਹਿਬਜ਼ਾਦਿਆਂ ਦੀ ਅਤੇ ਮਾਤਾ ਗੁਜਰ ਕੌਰ ਦੀ ਖੁਸ਼ੀ ਚਾਹੀਦੀ। ਆਖੋ ਸਤਨਾਮ, ਇਹ ਸਭ ਕੁਝ ਲੈ ਜਾਓ। ਮੋਤੀ ਰਾਮ ਮਹਿਰਾ ਜੀ ਸਾਰਾ ਕੁਛ ਲੈ ਕੇ ਸਿਪਾਹੀਆਂ ਨੂੰ ਦੇ ਕੇ ਨਾ, ਅਤੇ ਜਿਸ ਵੇਲੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਇਆ, ਤੇ ਜਦੋਂ ਸਾਹਿਬਜ਼ਾਦਿਆਂ ਦੇ ਚਿਹਰੇ ਉੱਤੇ ਖੁਸ਼ੀ ਵੇਖੀ ਛੋਟੇ ਛੋਟੇ ਬੱਚਿਆਂ ਦੇ ਮੂੰਹ ਤੇ, ਐਨ ਤ੍ਰਿਪਤ ਹੋ ਗਏ ਤ੍ਰਿਪਤ। ਕਹਿੰਦੇ ਅੱਜ ਲੱਗਦਾ ਵੀ ਦੁਨੀਆਂ ਦਾ ਸਾਰਾ ਸਾਰਾ ਸੁੱਖ ਮੈਂ ਕਮਾ ਲਿਆ। ਆਖੋ ਸਤਨਾਮ, ਸਭ ਕੁਛ ਸਾਰਾ ਸੁੱਖ ਮੈਂ ਕਮਾ ਲਿਆ, ਹੁਣ ਕੁਛ ਨਹੀਂ ਚਾਹੀਦਾ, ਹੁਣ ਜੀਵਨ ਦੀ ਆਸ ਨਹੀਂ ਰਹਿ ਗਈ, ਹੁਣ ਜੋ ਹੋਏਗਾ ਵੇਖੀ ਜਾਏਗੀ, ਬਸ ਸਭ ਕੁਛ ਮਿਲ ਗਿਆ, ਮੈਨੂੰ ਸਭ ਕੁਛ ਮਿਲ ਗਿਆ। ਅੰਤ ਵੇਲੇ ਜਿਸ ਵੇਲੇ ਮੋਤੀ ਰਾਮ ਮਹਿਰੇ ਨੂੰ ਫੜਿਆ ਗਿਆ, ਸਾਰਾ ਪਰਿਵਾਰ ਕੋਲੂ ਵਿੱਚ ਪੀੜਿਆ ਗਿਆ। ਕੋਲੂ ਪਤਾ ਕੀ ਹੁੰਦਾ ਹੈ, ਉਹਨੂੰ ਇੰਗਲਿਸ਼ ਵਿੱਚ ਕਹਿੰਦੇ ਆ ਓਇਲ ਸਕਵੀਜ਼ਰ। ਓਇਲ ਸਕਵੀਜ਼ਰ ਇਜ਼ ਅ ਥਿੰਗ ਜਿੱਥੇ ਤੇਲ ਨਿਚੋੜਿਆ ਜਾਂਦਾ, ਬੀਜ ਹੁੰਦੇ ਆ ਨਾ ਜਿਹੜੇ, ਉਹ ਬੀਜਾਂ ਨੂੰ ਨਿਚੋੜ ਕੇ ਐਨ ਗੋਲੇ ਜਿਹੇ ਲੱਗੇ ਹੁੰਦੇ ਆ, ਦੋ ਨਿਚੋੜਿਆ ਜਾਂਦਾ, ਉਹਦੇ ਵਿੱਚ ਸਰੀਰਾਂ ਨੂੰ ਪਾ ਕੇ ਨਿਚੋੜਿਆ ਗਿਆ ਤੇ ਸ਼ਹੀਦ ਕੀਤਾ ਗਿਆ ਸਾਰੇ ਪਰਿਵਾਰ ਨੂੰ ਮੋਤੀ ਰਾਮ ਮਹਿਰਾ ਦੇ। ਕਿਉਂ, ਗਲਤੀ ਕੀ ਸੀ? ਕਹਿੰਦੇ ਸਿਰਫ ਦੁੱਧ ਛਕਾਇਆ ਸੀ ਲਾਲਾ।
पर वह गज गज के मोती राम मेरा कहिंदा सी की कहिंदा सी भाई साची प्रीत हम तुम से जोड़ी साची प्रीत हम तुम से जोड़ी साची प्रीत हम तुम बोलो साची साची प्रीत हम तुमसे जोड़े ओ तुमसे जोड़े अवर संग तोड़ी तुमसे जोड़े अवर संग तोड़ी जार कोई भला कहो भावे बुरा कहो हम तन दियो है डार। आओ गुरु प्यारी साध संगत जीओ इनका हाजरी प्रवान करो बोल दिया भुलना चुका दी खिमा सारे गज के फतेह का जवाब फतेह विच दो सारे गज के आखो जी वाहे गुरु जी का खालसा वाहे गुरु जी की फतेह।